ਗੁਰਸ਼ੰਕਰ ਦੇ ਪਿੰਡ ਰਾਮਪੁਰ ਬਿੱਲੜੋ ਦੇ ਇੱਕ ਘਰ ਵਿੱਚੋਂ ਚੋਰਾਂ ਵੱਲੋਂ ਨਕਦੀ ਸਮੇਤ ਲੱਖਾਂ ਰੁਪਏ ਦੇ ਗਹਿਣੇ ਚੋਰੀ ਕਰਕੇ ਸਮਾਨ ਨੂੰ ਅੱਗ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਪੀੜਤ ਤੇਲੂ ਰਾਮ ਪੁੱਤਰ ਸ਼ੰਕਰਦਾਸ ਪਿੰਡ ਰਾਮਪੁਰ ਬਿੱਲੜੋ ਅਤੇ ਹੋਰਨਾਂ ਵਿਅਕਤੀਆਂ ਨੇ ਦੱਸਿਆ ਕਿ ਉਹ ਸਵੇਰੇ ਆਪਣੀ ਹਵੇਲੀ ਵਿੱਚ ਕੰਮ ਕਰਨ ਲਈ ਗਏ ਹੋਏ ਸਨ ਤਾਂ ਬਾਅਦ ਵਿੱਚ ਗੁਆਂਢੀਆਂ ਵੱਲੋਂ ਫੋਨ 'ਤੇ ਅੱਗ ਲੱਗਣ ਦੀ ਸੂਚਨਾ ਦਿੱਤੀ ਗਈ। ਉਹਨਾਂ ਦੱਸਿਆ ਕਿ ਜਿਸ ਤੋਂ ਬਾਅਦ ਉਹਨਾਂ ਘਰ ਪਹੁੰਚ ਕੇ ਲੋਕਾਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ ਤਾਂ ਇਸ ਤੋਂ ਉਪਰੰਤ ਜਦੋਂ ਉਹਨਾਂ ਨੇ ਘਰ ਅੰਦਰ ਸਮਾਨ ਚੈੱਕ ਕੀਤਾ ਤਾਂ ਦੇਖਿਆ ਕਿ ਟਰੰਕ ਵਿੱਚੋਂ 3,000 ਰੁਪਏ ਦੀ ਨਕਦੀ, ਮੰਗਲ ਸੂਤਰ ਤੋਂ ਇਲਾਵਾ ਸੋਨੇ ਦੇ ਹੋਰ ਗਹਿਣੇ ਵੀ ਚੋਰੀ ਹੋ ਚੁੱਕੇ ਸਨ। ਉਹਨਾਂ ਸ਼ੱਕ ਜ਼ਾਹਰ ਕੀਤਾ ਕਿ ਚੋਰਾਂ ਵੱਲੋਂ ਹੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਅੱਗ ਲਗਾਈ ਗਈ ਹੈ, ਜਿਸ ਬਾਬਤ ਉਹਨਾਂ ਗੁਰਸ਼ੰਕਰ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਮੇਰਾ ਨਾਮ ਤੇਲੂ ਰਾਮ, ਸਨ ਆਫ ਸ਼ੰਕਰਦਾਸ, ਰਾਮਪੁਰ ਬਿੱਲੜੋ। ਅੱਜ ਸਵੇਰੇ ਅਸੀਂ 5:30 ਵਜੇ ਆਪਣੀ ਹਵੇਲੀ ਗਏ ਪਸ਼ੂਆਂ ਦਾ ਕੰਮ ਕਰਨ ਵਾਸਤੇ ਅਤੇ 6:30 ਵਜੇ ਸਾਨੂੰ ਪਤਾ ਲੱਗਿਆ ਕਿ ਸਾਡੇ ਘਰ ਅੱਗ ਲੱਗੇ। ਜਦੋਂ ਅਸੀਂ ਆਏ ਤਾਂ ਅਸੀਂ ਇਸ ਜਗ੍ਹਾ ਦੇਖਿਆ, ਇੱਥੇ ਅੱਗ ਲੱਗੀ ਹੋਈ ਸੀਗੀ ਅਤੇ ਸਾਰੇ ਆਂਢੀਆਂ ਗੁਆਂਢੀਆਂ ਨਾਲ ਦੌੜ ਭੱਜ ਕਰਕੇ ਅੱਗ ਨੂੰ ਬੁਝਾਇਆ। ਫਿਰ ਅਸੀਂ ਜਦੋਂ ਸਮਾਨ ਚੈੱਕ ਕੀਤਾ ਤਾਂ ਇਹਦੇ ਵਿੱਚੋਂ ਕੱਪੜੇ ਤਾਂ ਅੱਧੇ ਹੋਏ ਸੜੇ ਹੋਏ ਸੀਗੇ। ਇਹਦੇ ਵਿੱਚ ਮੇਰੀ ਬੇਟੀ ਦਾ ਮੰਗਲ ਸੂਤਰ, 2 ਉਹਦੀਆਂ ਅੰਗੂਠੀਆਂ, 1 ਮੇਰੀ ਘਰ ਵਾਲੀ ਦੀ ਵਾਲੀਆਂ, ਉਹ 3,000 ਰੁਪਇਆ। ਇਹ ਜਿਹੜਾ ਗੋਲਡ ਦਾ ਸਮਾਨ ਸੀਗਾ ਉਹ ਵੀ ਇਹਦੇ ਵਿੱਚ ਹੀ ਸੀਗਾ। ਇਹਦੇ ਵਿੱਚ ਹੀ 1 ਚੈਨੀ ਮੇਰੇ ਬੇਟੇ ਦੀ ਔਰ 100-200 ਰੁਪਇਆ ਖੁੱਲ੍ਹਾ ਪਿਆ ਸੀ। 1 ਨਕਲੀ ਆਰਟੀਫਿਸ਼ਲ ਜਿਹੜੇ ਗਜਰੇ ਹੁੰਦੇ ਉਹ ਪੈਸੇ ਸੀਗੇ, ਉਹ 2 ਪੈਸੇ ਸੀਗੇ, ਔਰ ਉਹ ਜਿਹੜਾ ਗੋਲਡ ਦਾ ਸਮਾਨ ਸੀਗਾ ਉਹ ਕੋਈ ਵੀ ਸਮਾਨ ਨਹੀਂ ਸੀਗਾ। ਅਤੇ ਸਾਨੂੰ ਤਾਂ ਇੱਦਾਂ ਲੱਗਦਾ ਹੈ, ਜਿੱਥੇ ਤੱਕ ਸਾਡੀ ਸੋਚ ਹੈ, ਸਮਝ ਹੈ, ਕਿ ਬੰਦੇ ਨੇ ਇੱਥੇ ਚੋਰੀ ਕੀਤੀ ਅਤੇ ਬਾਅਦ ਵਿੱਚ ਇੱਥੇ ਅੱਗ ਲਗਾ ਤੀ, ਕਿ ਮੇਰੇ ਜਿਹੜੇ ਚੋਰੀ ਦੇ ਸਬੂਤ ਹੀ ਖਤਮ ਹੋ ਜਾਣ। ਹੋਰ ਕੋਈ ਚਾਂਸ ਹੈ ਨਹੀਂ ਇਸ ਤਰ੍ਹਾਂ ਦਾ। ਲਗਭਗ 3.5 ਲੱਖ ਰੁਪਏ ਦਾ ਨੁਕਸਾਨ ਹੋਇਆ। ਮੈਂ ਪਿੰਡ ਬਿੜੋਂ ਦਾ ਸਰਪੰਚ ਹਾਂ। ਕਿਹਾ ਜਿੱਦਾਂ ਨਾ ਕਿਸੇ ਨੇ ਚੋਰੀ ਕਰਕੇ ਨਾਂ ਨਿਸ਼ਾਨੇ ਬਿਟਾ ਦਿੰਦਾ ਬਈ ਮੈਂ ਚੋਰੀ ਕੀਤੀ ਹੈ, ਬਈ ਨਿਸ਼ਾਨ ਲੈਣਾ ਵੀ ਅੱਗੇ ਲੱਗੀ ਇੱਥੇ। ਇਹਨਾਂ ਦਾ ਕੋਈ ਗੋਲਡ ਸੀਗਾ 3-4 ਲੱਖ ਰੁਪਏ ਦਾ, ਉਹ ਲੈ ਗਏ। ਹੋਰ ਕੱਪੜੇ ਸੀਗੇ, ਬਾਕੀ ਬਚਾ ਹੋ ਗਿਆ, ਬੈੱਡ ਬੁੱਡ ਸਾਰੇ ਇੱਥੇ ਸੀਗੇ, ਬੱਚਾ ਹੋ ਗਿਆ। ਮਤਲਬ ਕਿ ਅਸੀਂ ਤਾਂ ਇਹ ਕਹਿੰਦੇ ਹਾਂ ਵੀ ਪ੍ਰਸ਼ਾਸਨ ਅੱਗੇ ਕਹਿੰਦੇ ਵੀ ਇੱਦਾਂ ਦੇ ਬੰਦਿਆਂ ਨੂੰ ਨੱਥ ਪਾਈ ਜਾਵੇ, ਜਿਹੜਾ ਕਿਸੇ ਦਾ ਨੁਕਸਾਨ ਕਰਦੇ, ਕਿਸੇ ਦਾ ਬੰਦਾ ਮਿਹਨਤੀ ਮਿਲ 'ਚ ਕੰਮ ਕਰਦਾ ਹੈ, ਦਿਨ ਰਾਤ ਮਿਹਨਤ ਕਰਦਾ ਜੀ, ਬਾੜੇ ਗਏ, ਮੈਸਾਂ ਚੋਣ ਜਾਂ ਕੁਛ ਕਰਨ ਗਏ, ਉਹਦੇ ਬਾਅਦ ਆਹ ਕੰਮ ਹੋ ਗਿਆ ਜੀ। ਇਸ ਕਰਕੇ ਪ੍ਰਸ਼ਾਸਨ ਮੰਗ ਕਰਦਾ ਵੀ ਇਹਨੂੰ ਨੱਥ ਪਾਈ ਜਾਵੇ ਬੰਦੇ। ਉੱਧਰ ਥਾਣਾ ਗੁਰਸ਼ੰਕਰ ਦੇ ASI ਰਵਿਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਵੱਲੋਂ ਪੀੜਤ ਦੇ ਬਿਆਨਾਂ ਦੇ ਆਧਾਰ 'ਤੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਹਾਂਜੀ, ਅੱਜ ਸਵੇਰੇ ਸਾਨੂੰ ਸੂਚਨਾ ਮਿਲੀ ਹੈ ਬਿੜੋਂ ਪਿੰਡ ਤੋਂ, ਸਰਪੰਚ ਫੋਨ 'ਤੇ ਦੱਸਿਆ ਵੀ ਤੇਲੂ ਰਾਮ ਪੁੱਤਰ ਸ਼ੰਕਰਦਾਸ ਵਾਸੀ ਬਿੜੋਂ ਦੇ ਘਰ ਚੋਰੀ ਹੋਈ ਹੈ ਅਤੇ ਅਸੀਂ ਮੌਕੇ 'ਤੇ ਪਹੁੰਚੇ ਹਾਂ, ਤਫਤੀਸ਼ ਕਰ ਰਹੇ ਹਾਂ। ਚੋਰੀ ਦੇ ਦੌਰਾਨ ਬਰੀਫ ਕੇਸ ਦੇ ਵਿੱਚ ਸਮਾਨ ਗਾਇਬ ਹੋਇਆ ਅਤੇ ਉਹਨੂੰ ਜਾਂਦੇ ਹੋਏ ਉਹ ਅੱਗ ਲਾ ਗਏ, ਬਾਕੀ ਤਫਤੀਸ਼ ਕਰ ਰਹੇ ਹਾਂ। ਹਾਂਜੀ ਹਾਂਜੀ, ਉਹ ਬਰੀਫ ਕੇਸ ਵਿੱਚੋਂ ਜੋ ਸਮਾਨ ਸੀ ਉਹ ਵਿੱਚੋਂ ਲੈ ਗਏ ਅਤੇ ਜਾਂਦੇ ਹੋਏ ਅੱਗ ਲਾ ਗਏ ਉਹਨੂੰ। ਹਾਂਜੀ, ਹੁਣ ਤਫਤੀਸ਼ ਕਰ ਰਹੇ ਹਾਂ, ਦੇਖਦੇ ਹਾਂ ਜੋ ਤੱਥ ਸਾਹਮਣੇ ਆਉਂਗੇ ਉਹਦੇ ਹਿਸਾਬ ਨਾਲ ਕਰ ਦਿੰਦੇ ਕਾਰਵਾਈ।